ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਅਤੇ ਮੈਂ ਹਾਂ ਜੱਜ ਸਿੰਘ ਚਾਹਲ। ਸੂਬੇ ਦੇ ਵਿੱਚ ਜਦੋਂ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ, ਉਸ ਤੋਂ ਬਾਅਦ ਇਸ ਦੇ ਮੰਤਰੀਆਂ ਨੂੰ ਲੈ ਕੇ ਕੋਈ ਨਾ ਕੋਈ ਵਿਵਾਦ ਛਿੜਦਾ ਰਹਿੰਦਾ ਹੈ ਅਤੇ ਸਭ ਤੋਂ ਜ਼ਿਆਦਾ ਵਿਵਾਦ ਹੋਏ ਨੇ ਸਿੱਖਿਆ ਮੰਤਰੀ ਓਪੀ ਸੋਨੀ ਨੂੰ ਲੈ ਕੇ ਅਤੇ ਇੱਕ ਵਾਰ ਫਿਰ ਤੋਂ ਉਹਨਾਂ ਦੇ ਬਿਆਨ ਨੂੰ ਲੈ ਕੇ ਵਿਵਾਦ ਛਿੜਦਾ ਦਿਖਾਈ ਦੇ ਰਿਹਾ। ਉਹਨਾਂ ਨੇ ਸਰਕਾਰੀ ਸਕੂਲਾਂ ਨੂੰ ਢਾਬੇ ਕਹਿ ਦਿੱਤਾ ਹੈ ਅਤੇ ਪ੍ਰਾਈਵੇਟ ਸਕੂਲਾਂ ਨੂੰ 5-star ਹੋਟਲ। ਕੀ ਕਿਹਾ ਅਸਲ ਵਿੱਚ ਉਹਨਾਂ ਨੇ, ਤੁਹਾਨੂੰ ਪਹਿਲਾਂ ਉਹ ਸੁਣਾ ਦਿੰਦੇ ਹਾਂ। ਹੁਣ ਮੈਂ ਇੱਕ ਆਫ ਦਾ ਰਿਕਾਰਡ ਗੱਲ ਕਰਨਾ। ਹੁਣ ਰੋਟੀ ਢਾਬੇ ਤੋਂ ਵੀ ਮਿਲ ਜਾਂਦੀ ਹੈ, ਰੋਟੀ ਲੋਕ 5-star ਹੋਟਲ ਤੋਂ ਵੀ ਖਾ ਲੈਂਦੇ, ਕਿੰਨਾ ਡਿਫਰੈਂਸ ਹੁੰਦਾ ਉਹਦਾ। ਢਾਬੇ ਤੋਂ ਜਿਹੜੀ ਆ ਉਹ 20-10 ਰੁਪਏ ਦੀ ਚਾਹ ਮਿਲ ਜਾਂਦੀ ਆ। 5-star ਹੋਟਲ 'ਚ ਲੋਕ ਜਾਂਦੇ ਨੇ, ਪਰ ਕਦੀ 5-star ਹੋਟਲ ਵਾਲੇ ਗਏ ਨਹੀਂ ਪਿੱਛੇ ਜਾ ਕੇ ਕਸਟਮਰ ਦੇ, ਵੀ ਸਾਡੇ ਹੋਟਲ ਆਓ ਤੁਸੀਂ। ਸੋ ਇਸ ਕਰਕੇ ਥੋੜ੍ਹਾ ਜਿਹਾ ਫਰਕ ਤਾਂ ਪੈਂਦਾ ਹੈ। ਬਿਲਕੁਲ ਸਿਸਟਮ ਹੈ, ਦੇਖੋ ਸਿਸਟਮ ਸਾਰਾ ਹੀ ਸੇਮ ਆ। ਹੁਣ ਬੱਚੇ ਜਿਨ੍ਹਾਂ ਲੋਕਾਂ ਕੋਲ ਪੈਸੇ ਨੇ, ਤੁਸੀਂ ਇੱਥੇ ਤਾਂ 5-6 ਹਜ਼ਾਰ ਫੀਸ ਆ, ਲੋਕ ਲੱਖ ਰੁਪਇਆ ਵੀ ਮਹੀਨਾ ਦੇ ਰਹੇ ਨੇ। ਤੁਸੀਂ ਆ ਜੂਨ ਸਕੂਲ ਚਲ ਜਾਓ, ਤੁਸੀਂ ਹੋਰ ਕੋਈ ਕਾਨਵੈਂਟ ਸਕੂਲ ਚਲ ਜਾਓ, ਫਿਰ ਕਿਹਨੂੰ ਆਪਾਂ ਸਰਕਾਰਾਂ ਰੋਕਣੀਆਂ। ਓਪੀ ਸੋਨੀ ਦੇ ਇਸ ਬਿਆਨ ਨੂੰ ਲੈ ਕੇ ਹੁਣ ਵਿਵਾਦ ਹੁੰਦਾ ਦਿਖਾਈ ਦੇ ਰਿਹਾ। ਸੂਬੇ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਦਾ ਇਸ ਵੇਲੇ ਦਾ ਸਿੱਖਿਆ ਮੰਤਰੀ ਬਿਲਕੁਲ ਵੀ ਗੰਭੀਰ ਨਹੀਂ ਹੈ। ਇੱਕ ਗੱਲ ਇਹ ਹੈ ਕਿ ਸਿੱਖਿਆ ਮੰਤਰੀ ਸਾਹਿਬ ਦੇ ਬਹੁਤ ਇਸ ਤਰ੍ਹਾਂ ਦੇ ਹੋਰ ਵੀ ਹਾਸੋਹੀ ਨੇ ਬਿਆਨ, ਪਹਿਲਾਂ ਵੀ ਵੱਖ ਵੱਖ ਚੈਨਲ ਦੇ ਵਿੱਚ ਸੁਰਖੀਆਂ ਬਣ ਚੁੱਕੀਆਂ। ਜੋ ਗੰਭੀਰਤਾ ਇੱਕ ਸਿੱਖਿਆ ਮੰਤਰੀ ਦੇ ਵਿੱਚ ਹੋਣੀ ਚਾਹੀਦੀ ਹੈ, ਜੋ ਐਡੀ ਵੱਡੀ ਜ਼ਿੰਮੇਵਾਰੀ ਨਿਭਾਉਣ ਦੀ ਸਮਰੱਥਾ ਹੋਣੀ ਚਾਹੀਦੀ ਹੈ, ਉਹ ਮੈਂ ਸਮਝਦਾ ਕਿਤੇ ਨਾ ਕਿਤੇ ਮਿਸਿੰਗ ਹੈ। ਤੁਸੀਂ ਉਹਨਾਂ ਨੂੰ ਕਹੀ ਜਾਂਦੇ ਹੋ ਕਿ ਇਹ ਢਾਬੇ ਹੈ ਔਰ ਪ੍ਰਾਈਵੇਟ ਜਿਹੜੇ ਹੈ ਉਹ 5-star। ਇਹਦੇ ਨਾਲ ਮੈਂ ਸਮਝਦਾ ਕਿ ਇੱਕ ਹੀਣ ਭਾਵਨਾ ਆਪਣੇ ਸਕੂਲਾਂ ਦੇ ਵਿੱਚ ਤੁਸੀਂ ਆਪ ਹੀ ਪੈਦਾ ਕਰੀ ਜਾ ਰਹੇ, ਜਿਹੜੀ ਕਿ ਸਾਰੇ ਉਹਨਾਂ ਅਧਿਆਪਕਾਂ ਦੀ ਵੀ ਉੱਥੇ ਬੱਚਿਆਂ ਦੀ ਵੀ ਬਹੁਤ ਵੱਡੀ ਇਨਸਲਟ ਹੈ। ਦਰਅਸਲ ਓਪੀ ਸੋਨੀ ਪੰਜਾਬ ਦੇ ਸਕੂਲਾਂ ਦੀ ਸਿੱਖਿਆ ਦੇ ਪੱਧਰ ਨੂੰ ਲੈ ਕੇ ਇੱਥੇ ਟਿੱਪਣੀਆਂ ਕਰ ਰਹੇ ਸਨ। ਇਸ ਵੇਲੇ ਉਹ ਜ਼ਿਕਰ ਕਰ ਰਹੇ ਸਨ ਪ੍ਰਾਈਵੇਟ ਸਕੂਲਾਂ ਦਾ ਅਤੇ ਸਰਕਾਰੀ ਸਕੂਲਾਂ ਦਾ। ਉਹਨਾਂ ਦਾ ਕਹਿਣਾ ਸੀ ਕਿ ਪ੍ਰਾਈਵੇਟ ਸਕੂਲਾਂ ਦੇ ਵੱਲ ਲੋਕਾਂ ਦਾ ਰੁਝਾਨ ਜ਼ਿਆਦਾ ਹੈ, ਆਪਣੇ ਬੱਚੇ ਜ਼ਿਆਦਾ ਲੋਕ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਨੇ ਅਤੇ ਉਹਨਾਂ ਦੀ ਮੰਸ਼ਾ, ਉਹਨਾਂ ਸਰਕਾਰ ਦੀ ਮੰਸ਼ਾ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਵੀ ਲੋਕਾਂ ਦਾ ਰੁਝਾਨ ਵਧਾਇਆ ਜਾ ਸਕੇ, ਯਾਨੀ ਕਿ ਵੱਧ ਤੋਂ ਵੱਧ ਲੋਕ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣ। ਪਰ ਇਸ ਵੇਲੇ ਉਹ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਇੱਕ ਗੱਲ ਆਫ ਦੀ ਰਿਕਾਰਡ ਵੀ ਕਰ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਉਹਨਾਂ ਨੇ ਸਰਕਾਰੀ ਸਕੂਲਾਂ ਦੀ ਤੁਲਨਾ ਢਾਬਿਆਂ ਨਾਲ ਕਰ ਦਿੱਤੀ ਅਤੇ ਪ੍ਰਾਈਵੇਟ ਸਕੂਲਾਂ ਦੀ 5-star ਹੋਟਲਾਂ ਦੇ ਨਾਲ। ਸ਼ਾਇਦ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਵੀ ਆਫ ਦਾ ਰਿਕਾਰਡ ਨਹੀਂ ਹੁੰਦਾ। ਉਸ ਤੋਂ ਬਾਅਦ ਉਹਨਾਂ ਦਾ ਇਹ ਬਿਆਨ ਵਾਇਰਲ ਹੋ ਗਿਆ ਅਤੇ ਸਾਰੇ ਚੈਨਲ ਅਖਬਾਰਾਂ ਨੇ ਇਸ ਬਿਆਨ ਨੂੰ ਚੁੱਕ ਲਿਆ ਅਤੇ ਵਿਰੋਧੀ ਪਾਰਟੀਆਂ ਨੇ ਵੀ ਸਰਕਾਰ 'ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਨੇ। ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਬਿਆਨ ਓਪੀ ਸੋਨੀ ਦੇ ਸਨ ਜਿਨ੍ਹਾਂ ਨੂੰ ਲੈ ਕੇ ਵਿਵਾਦ ਹੋਇਆ ਸੀ। ਪਹਿਲਾਂ ਇਤਿਹਾਸ ਦੀ ਕਿਤਾਬ ਨੂੰ ਲੈ ਕੇ ਵਿਵਾਦ ਹੋਇਆ ਜਦੋਂ ਤੋਂ ਸਿੱਖਿਆ ਮੰਤਰਾਲਾ ਓਪੀ ਸੋਨੀ ਨੂੰ ਦਿੱਤਾ ਗਿਆ, ਉਸ ਤੋਂ ਬਾਅਦ ਸਰਕਾਰ ਨੂੰ ਸਿੱਖਿਆ ਮੰਤਰਾਲੇ ਦੇ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਟੀਚਰ ਵੀ ਲਗਾਤਾਰ ਧਰਨਿਆਂ ਤੇ ਬੈਠੇ ਹੋਏ ਨੇ, ਜੋ ਉਹਨਾਂ ਤਨਖਾਹ ਘਟਾਈ ਗਈ ਹੈ 45,000 ਤੋਂ 15,000 ਕੀਤੀ ਗਈ ਹੈ, ਉਸ ਨੂੰ ਲੈ ਕੇ ਵੀ ਟੀਚਰਾਂ ਧਰਨਾ ਲਗਾਤਾਰ ਅਜੇ ਵੀ ਪੰਜਾਬ ਦੇ ਵਿੱਚ ਜਾਰੀ ਨੇ ਅਤੇ ਉਹਨਾਂ ਦੀ ਕੁੜੱਤਣ ਸਿੱਖਿਆ ਮੰਤਰੀ ਦੇ ਨਾਲ ਅਜੇ ਵੀ ਜਾਰੀ ਹੈ ਅਤੇ ਉਸ ਦਾ ਕੋਈ ਹੱਲ ਵੀ ਨਿਕਲਦਾ ਇੱਥੇ ਦਿਖਾਈ ਨਹੀਂ ਦੇ ਰਿਹਾ। ਅਤੇ ਹੁਣ ਨਵਾਂ ਬਿਆਨ ਓਪੀ ਸੋਨੀ ਨੇ ਢਾਬਿਆਂ ਵਾਲਾ ਬਿਆਨ ਦੇ ਕੇ ਆਪਣੇ ਲਈ ਆਪ ਹੀ ਮੁਸੀਬਤ ਸਹੇੜ ਲਈ ਲੱਗਦੀ ਹੈ। ਪਰ ਇਸ ਵੇਲੇ ਜੋ ਵਿਵਾਦ ਹੋਇਆ ਉਸ ਨੂੰ ਲੈ ਕੇ ਇੰਜ ਜਾਪ ਰਿਹਾ ਹੈ ਕਿ ਜਿਵੇਂ ਇਹ ਬੇਲੋੜਾ ਵਿਵਾਦ ਸੀ, ਕਹਿਣਾ ਕੁਝ ਹੋਰ ਚਾਹੁੰਦੇ ਸਨ ਸਿੱਖਿਆ ਮੰਤਰੀ ਪਰ ਬਣ ਕੁਝ ਹੋਰ ਹੀ ਗਿਆ। ਅਤੇ ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਆਪਣੇ ਦਰਸ਼ਕਾਂ ਤੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ, ਜੋ ਵੀ ਇਹ ਵੀਡੀਓ ਇਹ ਖਬਰ ਦੇਖ ਰਹੇ ਨੇ, ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਸਿੱਖਿਆ ਮੰਤਰੀ ਨੂੰ ਇਹ ਬਿਆਨ ਦੇਣਾ ਚਾਹੀਦਾ ਸੀ ਜਾਂ ਨਹੀਂ, ਕਿ ਇਹ ਵਿਵਾਦਿਤ ਬਿਆਨ ਹੈ। ਇਹ ਸਵਾਲ ਹੁਣ ਅਸੀਂ ਤੁਹਾਡੇ ਤੇ ਛੱਡ ਦੇਣਾ ਚਾਹੁੰਦੇ ਹਾਂ। ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ। ਜੇਕਰ ਤੁਹਾਨੂੰ ਦ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਸਬਸਕ੍ਰਾਈਬ ਕਰਨ ਤੋਂ ਬਾਅਦ ਇਹਦੇ ਨਾਲ ਵਾਲੇ ਬੈਲ ਵਾਲੇ ਬਟਨ ਨੂੰ ਕਲਿੱਕ ਜ਼ਰੂਰ ਕਰ ਲੈਣਾ।
ਇਸ ਨਾਲ ਜਦੋਂ ਵੀ ਨਵੀਂ ਕੋਈ ਅਸੀਂ ਖਬਰ ਪਾਉਂਦੇ ਹਾਂ ਉਸਦਾ ਨੋਟੀਫਿਕੇਸ਼ਨ ਤੁਹਾਨੂੰ ਆਉਂਦਾ ਆ, ਅਤੇ ਉਸ ਨੋਟੀਫਿਕੇਸ਼ਨ 'ਤੇ ਕਲਿੱਕ ਕਰਕੇ ਤੁਸੀਂ ਸਾਡੀ ਨਵੀਂ ਖਬਰ ਸਭ ਤੋਂ ਪਹਿਲਾਂ ਦੇਖ ਸਕਦੇ ਹੋ। ਮੈਂ ਜੱਜ ਸਿੰਘ ਚਾਹਲ ਇਸੇ ਤਰ੍ਹਾਂ ਹੀ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਤੁਹਾਡੇ ਤੱਕ ਪਹੁੰਚਾਉਂਦਾ ਰਹਾਂਗਾ। ਤੁਸੀਂ ਬਣੇ ਰਹੋ ਦਾ ਪੰਜਾਬ ਟੀ ਵੀ ਦੇ ਨਾਲ। ਤੁਸੀਂ ਵੇਖੋ ਜਿੱਥੋਂ ਤੱਕ ਸਰਕਾਰੀ ਸਕੂਲ ਨੇ ਸਾਡੇ, ਅਸੀਂ ਹੁਣ ਸਮਾਰਟ ਕਲਾਸਿਸ ਬਣਾ ਰਹੇ ਹਾਂ ਬੱਚਿਆਂ ਵਾਸਤੇ। ਬੱਚੇ ਜਿਹੜੇ ਨੇ ਹੁਣ ਸਰਕਾਰੀ ਸਕੂਲਾਂ 'ਚ ਆਉਣ, ਪੇਰੈਂਟਸ ਸਾਡੇ ਸਕੂਲਾਂ 'ਚ ਭੇਜ ਦੇਣ, ਬਿਲਕੁਲ ਫੀਸ ਮਾਫ ਆ, ਬਿਲਕੁਲ। ਅਸੀਂ ਵੀ ਸਰਕਾਰੀ ਸਕੂਲਾਂ ਦੇ ਪੜ੍ਹੇ ਹਾਂ। ਤੁਸੀਂ ਜਿਹੜੀ ਗੱਲ ਕੀਤੀ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਜਿੱਥੋਂ ਤੱਕ ਸਵਾਲ ਆ ਸਰਕਾਰੀ ਸਕੂਲਾਂ 'ਚ ਜੇ ਫੈਸਿਲਿਟੀਜ਼ ਮਿਲ ਜਾਏਗੀ, ਸਾਡੀਆਂ ਬੁੱਕਸ ਵੀ ਫਰੀ ਨੇ, ਸਾਡੀਆਂ ਫੀਸਾਂ ਵੀ ਫਰੀ ਨੇ, ਕਿਉਂ ਨਹੀਂ ਮੇਰੀ ਮੈਨੇ ਪਹਿਲੇ ਆਪਕੋ ਬੋਲਾ ਹੈ, ਹਮ 1000 ਕਰੋੜ ਰੁਪਇਆ ਖਰਚ ਕਰ ਰਹੇ ਇਸ ਸਾਲ ਸਕੂਲ ਨੂੰ, ਬੱਚੋਂ ਕੇ ਲੀਏ ਕਰ ਰਹੇ ਨਾ, 9000 ਕਰੋੜ ਰੁਪਇਆ ਪਰ ਈਅਰ ਹਮ ਸੈਲਰੀ ਦੇ ਰਹੇ ਸਟਾਫ ਕੋ, ਸਰਕਾਰ ਹੀ ਕਰ ਰਹੀ ਹੈ ਨਾ। ਇੱਕ ਬੱਚੇ ਕਾ ਦੇਖੋ ਹਮੇ ਇੱਕ ਬੱਚੇ ਕਾ ਖਰਚ ਕਿਤਨਾ ਪੜਤਾ ਸਰਕਾਰੀ, 3000 ਸੇ ਉੱਪਰ ਹਮ ਇਹ ਪਰ ਮੰਥ ਪਰ ਸਟੂਡੈਂਟ ਹਮਾਰਾ ਖਰਚਾ ਆਤਾ 3000 ਰੁਪਇਆ ਸਰਕਾਰ ਕਾ। ਵੇਖੋ ਬੜੀ ਵਧੀਆ ਗੱਲ ਆ, ਅਸੀਂ ਥੈਂਕਸ ਕਰ ਰਹੇ ਹਾਂ। ਅਸੀਂ ਕੈਬਨਿਟ 'ਚ ਵੇਖੋ ਦੱਸ ਰਹੇ ਮੇਰੀ, ਹੁਣ ਕੋਈ ਦਾਨ ਕਰਦਾ, ਇੱਕ ਮਿੰਟ, ਕੋਈ ਡੋਨੇਟ ਕਰਦਾ ਤਾਂ ਉਹਨੂੰ ਮਨਾ ਥੋੜ੍ਹਾ ਕੀਤਾ ਜਾ ਸਕਦਾ? ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਆ, 2200 ਰੂਮ ਜਿਹੜਾ ਸਮਾਰਟ ਕਲਾਸਿਸ ਬਣਾਈਆਂ ਨੇ, 2200 ਕਮਰਾ ਪੰਜਾਬ 'ਚ ਲੋਕਾਂ ਨੇ ਸਾਨੂੰ ਬਣਾ ਕੇ ਦਿੱਤਾ ਇਸ ਸਾਲ। ਮੈਂ ਆਪ ਰਿਕੁਐਸਟ ਕਰ ਰਿਹਾ ਸਾਰਿਆਂ ਨੂੰ ਕਿ ਤੁਸੀਂ ਜੇ ਕੋਈ ਦੇਣਾ ਡੋਨੇਟ ਕਰਨਾ ਸਾਡੇ ਸਰਕਾਰੀ ਸਕੂਲਾਂ 'ਚ ਕਰੋ, ਸਰਕਾਰ ਵੀ ਕਰ ਰਹੀ ਹੈ। ਵੇਖੋ ਜਿੱਥੇ ਫੀਸ ਮਾਫ ਆ, ਜਿੱਥੇ ਬੱਚਿਆਂ ਦੀਆਂ ਬੁੱਕਸ ਫਰੀ ਨੇ, ਜੇ ਉੱਥੇ ਲੋਕ ਵੀ ਕੋਈ ਡੋਨੇਟ ਕਰ ਦੇਣਗੇ ਤਾਂ ਅਸੀਂ ਗ੍ਰੇਜ਼ ਕਰਾਂਗੇ, ਅਸੀਂ ਜ਼ਰੂਰ ਵੈਲਕਮ ਕਰਾਂਗੇ ਉਹਦਾ। ਆ ਹੁਣ ਸਾਡੀਆਂ ਫੋਟੋਜ਼ ਵੇਖੋ ਸਕੂਲਾਂ ਦੀਆਂ, 2200 ਸਕੂਲਾਂ ਦੀ ਫੋਟੋ, ਇਹ ਹੁਣ ਤੱਕ ਹੋ ਰਿਹਾ। ਤੁਸੀਂ ਸਾਲ 'ਚ ਵੇਖਿਓ, ਤੁਸੀਂ ਵੀ ਕਹੋਗੇ ਵੀ ਅਸੀਂ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਭੇਜੇ। ਕਹਤਾ ਜੀ, ਹਾਂ ਅਸੀਂ 120 ਕਰੋੜ ਰੁਪਈਆ ਸਰਕਾਰ ਇਸ ਸਾਲ ਖਰਚ ਕਰ ਰਹੀ ਹੈ, ਬਿਲਡ 20 ਕਰੋੜ ਰੁਪਈਆ ਅਸੀਂ ਭੇਜਤਾ ਡਿਸਟ੍ਰਿਕਟ ਲੈਵਲ 'ਤੇ, ਹੁਣੇ ਉਹਦੇ ਬਾਰੇ ਡਿਸਕਸ਼ਨ ਹੋਈ ਆ। ਸੋ 100 ਕਰੋੜ ਰੁਪਈਆ ਅਸੀਂ ਹੋਰ ਭੇਜ ਰਹੇ ਬਿਲਡਿੰਗਾਂ ਵਾਸਤੇ। ਸਾਰੇ MLA ਸਮਾਨ ਨੂੰ ਮੈਂ ਲੈਟਰਸ ਲਿਖੇ ਨੇ ਕਿ ਹਰ ਇੱਕ MLA ਦਾਦਾ ਸਕੂਲ ਜਿਹੜਾ ਅਨਸੇਫ ਸਕੂਲ ਹੈ, ਜਿਨ੍ਹਾਂ ਦੀਆਂ ਬਿਲਡਿੰਗਾਂ ਠੀਕ ਨੇ ਉਹਦੀਆਂ ਲਿਸਟਾਂ ਭੇਜ ਦਿਓ। ਇੱਕ ਮਿੰਟ ਮੈਡਮ, ਹਰ MLA ਸਬਾਨਵੇਂ ਨੇ ਸੀ ਕਾਂਗਰਸ ਦੇ MLA ਜਿਹੜੇ ਆਪਣੀ ਪਾਰਟੀ ਦੇ, ਉਹਨੂੰ ਸਾਰੇ 117 ਦੇ 17 MLA ਨੂੰ ਲਿਖਿਆ, ਕਿਉਂਕਿ ਬੱਚੇ ਸਾਰੇ ਸਾਡੇ ਨੇ ਜੀ, ਸਾਰੇ MLA ਨੂੰ ਲਿਖਿਆ ਵੀ 10-10 ਜਿਹੜੇ ਤੁਸੀਂ ਸਕੂਲ ਨੇ ਜਿਹੜੇ ਅਨਸੇਫ ਬਿਲਡਿੰਗਾਂ ਨੇ ਉਹਨਾਂ ਦੀਆਂ ਲਿਸਟਾਂ ਭੇਜੋ, ਅਸੀਂ ਅਗਲੇ ਸਾਲ ਸਾਰੇ ਸਕੂਲ ਠੀਕ ਕਰ ਦੇਣੇ ਆ, ਕੋਈ ਸਕੂਲ ਅਸੀਂ ਰਹਿਣ ਨਹੀਂ ਦੇਣਾ ਸਾਰੇ। ਤੁਸੀਂ ਫਰਨੀਚਰ ਦੀ ਗੱਲ ਕੀਤੀ ਆ, ਅਸੀਂ 23 ਕਰੋੜ ਦੇ ਟੈਂਡਰ ਲਾ ਤੇ ਫਰਨੀਚਰ ਸਾਨੂੰ ਆਉਣਾ ਚਾਲੂ ਹੋ ਗਿਆ ਪ੍ਰਾਇਮਰੀ। ਵੇਖੋ ਉਹਦੇ 'ਚ ਤੁਸੀਂ ਵੇਖੋ ਯੂਨੀਫਾਰਮ ਆ ਬੱਚਿਆਂ ਦੀ, 100 ਕਰੋੜ ਉਹਦੇ 'ਤੇ ਆ, 120 ਕਰੋੜ ਬਿਲਡਿੰਗ 'ਤੇ ਆ। ਤੁਸੀਂ ਤੁਹਾਨੂੰ ਸਾਰਾ ਦੇ ਦਿੰਦੇ ਡਿਟੇਲ, ਸਾਰੀ ਡਿਟੇਲ ਮੇਰੇ ਹੁਣ ਸੈਕਟਰੀ ਕੋਲ ਲੈ ਲਓ। ਸੋ ਅਸੀਂ ਵੇਖ ਰਹੇ ਹਾਂ, ਇਹਦੇ 'ਤੇ ਸਟੱਡੀ ਕਰ ਰਹੇ ਹਾਂ। ਸਾਨੂੰ ਵੀ ਕੰਪਲੇਂਟਸ ਆ ਰਹੀ ਆ ਕਈਆਂ ਦੀਆਂ ਕਿ ਫੀਸਾਂ ਜਿਹੜੀਆਂ ਨੇ 5-5, 6-6 ਹਜ਼ਾਰ ਰੁਪਇਆ। ਮੈਂ ਤੁਹਾਨੂੰ ਤਾਂ ਕਿਹਾ ਵੀ ਹੁਣ ਕੀ ਕਰੀਏ, ਫੀਸਾਂ ਉਹਨਾਂ ਸਕੂਲਾਂ 'ਚ ਜਿੱਥੇ ਲੋਕ ਜ਼ਿਆਦਾ ਫੀਸ ਦਿੰਦੇ ਨੇ ਉਹਨਾਂ ਵਾਸਤੇ ਵੀ ਵੇਖੋ। MLA ਸਾਹਿਬ ਨੂੰ ਲੋਕ ਆਉਂਦੇ ਨੇ, ਸਾਡਾ ਬੱਚਾ ਉੱਥੇ ਦਾਖਲ ਕਰਾਓ, ਐਡਮਿਸ਼ਨ ਲੈ ਦਿਓ, ਉਹਨਾਂ ਸਕੂਲਾਂ 'ਚ ਵੀ ਐਡਮਿਸ਼ਨ ਨਹੀਂ ਮਿਲਦੀ। ਉਹਨਾਂ ਲੁਧਿਆਣੇ ਸਕੂਲ ਨੇ, ਅੰਮ੍ਰਿਤਸਰ ਸਕੂਲ, ਜਲੰਧਰ ਸਕੂਲ ਨੇ,
ਜਿਹੜੇ ਕੌਨਵੈਂਟ ਸਕੂਲ ਨੇ, ਚੰਗੇ ਸਕੂਲ ਨੇ, ਉੱਥੇ ਐਡਮਿਸ਼ਨਾਂ ਉੱਥੇ ਨਹੀਂ ਮਿਲਦੀਆਂ। ਉਹ ਭਾਵੇਂ 7,000 ਫੀਸ ਲੈਣ, ਭਾਵੇਂ 5,000 ਬੱਚੇ ਪੇਰੈਂਟਸ ਫਿਰ ਮਗਰ ਮਗਰ ਜਾਂਦੇ ਨੇ, ਫਿਰ ਸਾਨੂੰ ਕਹਿਣਾ ਪੈਂਦਾ ਜੀ ਉਹਦੇ ਬੱਚੇ ਨੂੰ ਐਡਮਿਸ਼ਨ ਦੇ ਦਿਓ। ਵੇਖੋ, ਫੱਟੇ ਵਾਲੀ ਜਗ੍ਹਾ ਨਹੀਂ ਇਹ, ਨਾ ਕਹੋ ਤੁਸੀਂ ਸਰਕਾਰੀ ਸਕੂਲ। ਤੁਸੀਂ ਵੇਖੋ, ਤੁਸੀਂ ਵੇਖੋ, ਵੇਖੋ ਸਰਕਾਰੀ ਸਕੂਲ ਜਿਹੜੇ ਨੇ ਸਾਡੇ ਕਿੰਨੇ ਸਕੂਲ ਨੇ ਪੰਜਾਬ 'ਚ? ਸਾਡਾ 15,000 ਦੇ ਕਰੀਬ ਸਕੂਲ ਆ। ਸਾਡੇ ਕੋਲ 25 ਲੱਖ ਦੇ ਕਰੀਬ ਜਿਹੜੇ ਬੱਚੇ ਨੇ ਪੰਜਾਬ 'ਚ, ਅਸੀਂ ਉਹਨਾਂ ਨੂੰ ਦੇ ਰਹੇ ਨਾ, ਬੁੱਕਸ ਵੀ ਫ੍ਰੀ ਦੇ ਰਹੇ ਹਾਂ, ਅਸੀਂ ਫੀਸ ਵੀ ਉਹਨਾਂ ਕੋਲ ਨਹੀਂ ਲੈ ਰਹੇ, ਹਰ ਤਰ੍ਹਾਂ ਦੀ ਫੈਸਿਲਿਟੀ ਦੇ ਰਹੇ ਬੱਚਿਆਂ ਨੂੰ, ਖਾਣਾ ਦੇ ਰਹੇ ਬੱਚਿਆਂ ਨੂੰ। ਦੱਸੋ, ਸਰਕਾਰਾਂ ਹੁਣ ਇਹ ਤੋਂ ਵੱਧ ਕੀ ਕਰ ਸਕਦੀਆਂ? ਸਾਡੇ ਕੋਲ ਬੱਚੇ ਭੇਜਣ, ਪੇਰੈਂਟਸ ਸਾਡੇ ਕੋਲ ਬੱਚੇ ਭੇਜਣ, ਸਰਕਾਰਾਂ ਕੋਲ ਭੇਜਣ, ਸਾਡੀ ਜ਼ਿੰਮੇਵਾਰੀ ਆ ਬੱਚਿਆਂ ਨੂੰ ਚੰਗੀ ਕੁਆਲਿਟੀ ਐਜੂਕੇਸ਼ਨ ਦੇਣ ਦੀ। ਸੋ ਸਾਰੀਆਂ ਗੱਲਾਂ ਵੇਖੋ, ਇਹ ਇਕੱਲੇ ਪੰਜਾਬ ਦੀ ਨਹੀਂ, ਤੁਸੀਂ ਕਿਤੇ ਵੀ ਚੱਲ ਜਾਓ ਪੰਜਾਬ 'ਚ ਤਾਂ ਜੇ ਇੰਨੇ ਸਕੂਲ ਹੈ ਨਹੀਂ, ਅਤੇ ਬਾਕੀ ਤੁਸੀਂ ਚੱਲ ਜਾਓ ਕਿਤੇ ਜਿਹੜੇ ਕੌਨਵੈਂਟ ਸਕੂਲ ਨੇ, ਟੀਚਰ ਜਿਹੜੇ ਨੇ ਸਾਡੇ ਪ੍ਰਿੰਸੀਪਲ ਨੂੰ, ਮੈਂ ਪ੍ਰਿੰਸੀਪਲ ਨੂੰ, ਪ੍ਰਿੰਸੀਪਲਸ ਨੇ ਜਿਹੜੇ ਸਾਡੇ ਸਕੂਲਾਂ ਨੇ, ਇੰਨੀਆਂ ਪਾਵਰਾਂ ਦੇ ਦਿੱਤੀਆਂ ਉਹਨਾਂ ਨੂੰ, ਹਰ ਤਰ੍ਹਾਂ ਦੀ ਪਾਵਰ ਦੇ ਦਿੱਤੀ ਆ। ਹੁਣ ਮੈਂ ਪਿੱਛੇ ਮੀਟਿੰਗ ਕਰਕੇ, DOG ਸਾਰੇ ਡਿਸਟ੍ਰਿਕਟ ਅਫਸਰਾਂ ਦੀ ਮੀਟਿੰਗ ਕਰਕੇ ਚੰਡੀਗੜ੍ਹ, ਉਹਨਾਂ ਨੂੰ ਕਿਹਾ ਕਿ ਜੇ ਰਿਜ਼ਲਟ ਜੇ ਮਾੜੇ ਆਉਣਗੇ, ਜੇ ਰਿਜ਼ਲਟ 70% ਤੋਂ ਘੱਟ ਕਿਸੇ ਪ੍ਰਿੰਸੀਪਲ ਦਾ ਆਏਗਾ, ਉਹ ਪ੍ਰਿੰਸੀਪਲ ਦੀ ਰਿਸਪੋਂਸੀਬਿਲਟੀ ਫਿਕਸ ਹੋਏਗੀ, ਉਹਦੇ 'ਤੇ ਐਕਸ਼ਨ ਹੋਏਗਾ, DO 'ਤੇ ਵੀ ਹੋਏਗਾ, ਪ੍ਰਿੰਸੀਪਲ 'ਤੇ ਵੀ ਹੋਏਗਾ। ਇਹ ਮੀਟਿੰਗ 'ਚ ਕਹਿ ਦਿੱਤਾ ਮੈਂ। ਦੇਖੋ, ਜਦੋਂ ਪ੍ਰਿੰਸੀਪਲ ਆ ਗਿਆ, ਜਦੋਂ ਸਾਰੀ ਜ਼ਿੰਮੇਵਾਰੀ ਪ੍ਰਿੰਸੀਪਲ ਦੀ ਜਾਂ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਦੀ, ਫਿਰ ਇੱਕ ਇੱਕ ਟੀਚਰ ਤਾਂ ਰਾਹ ਗਏ, ਤਾਂ ਕਿੰਨਿਆਂ ਕੁ ਐਕਸ਼ਨ ਲਾ ਗਏ ਟੀਚਰ। ਉਹ ਪ੍ਰਿੰਸੀਪਲ ਵੇਖਿਆ ਆਪਣੇ ਟੀਚਰ ਨੂੰ, ਮੈਂ ਉਹਨਾਂ ਨੂੰ ਕੀ ਉਹਨੂੰ ਪੰਚਮੈਂਟ ਦੇ ਦੀ ਕਰਤਾਰਪੁਰ ਦਾ ਇੱਕ ਅਖਾੜਾ ਪਿੰਡ ਹੈਗਾ, ਜਿਹਦੇ ਵਿੱਚ ਬੱਚਿਆਂ ਦੇ ਸਕੂਲ ਦੀ ਛੱਤ ਵੀ ਇੰਨੀ ਤੇ ਦਰੀਆਂ ਤੇ ਬਹਿਣ ਤੇ ਮਜਬੂਰ ਹੈ। 2 ਮਹੀਨੇ ਤੱਕ ਉਹਦੀ ਛੱਤ ਵੀ ਹੋਏਗੀ ਤੇ ਉਹਦਾ ਫਰਨੀਚਰ ਵੀ ਉੱਥੇ ਪਹੁੰਚਿਆ ਹੋਏਗਾ। ਤੁਸੀਂ ਮੈਨੂੰ ਮਾੜਾ ਜਿਹਾ ਏਡੀ ਸਾਹਿਬ ਇਹਨਾਂ ਦਾ ਨੋਟ ਕਰ ਲਓ, DO ਨੂੰ ਕਹੋ, ਮੇਰੇ ਨੂੰ ਇਹਨਾਂ ਦੇ ਸਕੂਲ ਦਾ ਨੋਟ ਕਰ ਲਓ, 2 ਮਹੀਨੇ 'ਚ ਉਹਦੀ ਛੱਤ ਵੀ ਪੈਣੀ ਚਾਹੀਦੀ ਆ। ਖਾੜਾ ਪਿੰਡ ਆ, ਕਿਹੜੀ ਕੰਸੀਸਟੈਂਸੀ ਆ? 2 ਮਹੀਨੇ 'ਚ ਇਹ ਜੋ ਮੈਂ ਅੱਗੇ ਲਿਖ ਕੇ ਭੇਜਤਾ ਉਹਨਾਂ ਨੂੰ ਵੀ 10 ਉਹਨੂੰ ਬਣਵਾ ਦਿਓ ਜੀ, 2 ਮਹੀਨੇ 'ਚ ਫਰਨੀਚਰ ਜਿੰਨਾ ਚਾਹੀਦਾ ਮੈਥੋਂ ਲੈ ਲਓ। ਅਸੀਂ 23 ਕਰੋੜ ਰੁਪਏ ਦਾ ਫਰਨੀਚਰ ਜਿਹੜਾ ਪਰਚੇਜ ਕਰ ਰਹੇ ਹਾਂ। ਸੋ ਕਿਸੇ ਸਕੂਲ 'ਚ ਅਸੀਂ ਫਰਨੀਚਰ ਦੀ ਕਮੀ ਰਹਿ ਨਹੀਂ ਦੇਣੀ ਪੰਜਾਬ 'ਚ।